ਜੀ ਦੋਸਤੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇੱਕ ਐਪ ਬਾਰੇ ਇੰਡੀਆ ਦੀ ਮੋਸਟ ਪਪੂਲਰ ਇਹ ਐਪ ਹੈ ਇਸ ਦਾ ਨਾਮ ਹੈਗਾ ਟਕਸਾਲ ਤੇ ਜੇ ਦੋਸਤੋ ਤੁਹਾਡਾ ਪ੍ਰੈਡਿਕਸ਼ਨ ਸਕਿੱਲ ਅਤੇ ਆਈਕਿਊ ਲੈਵਲ ਵਧੀਆ ਹੈ ਤਾਂ ਇਹ ਐਪ ਤੁਹਾਡੇ ਲਈ ਬਣੀ ਹੈ ਦੋਸਤੋ ਇਸ ਐਪ ਵਿੱਚ ਤੁਹਾਨੂੰ 1 2 3 ਨੀ ਸਿੱਧਾ 9 ਗੁਣਾ ਪੈਸਾ ਮਿਲੂਗਾ ਜੇ ਤੁਸੀਂ 10 ਰੁਪਏ ਇਸ ਐਪ ਵਿੱਚ ਲਗਾਉਨੇ ਹੋ ਤਾਂ ਤੁਹਾਨੂੰ 90 ਰੁਪਏ ਮਿਲਣਗੇ ਦੋਸਤੋ ਹੁਣ ਮੈਂ ਤੁਹਾਨੂੰ ਦੱਸੂਗਾ ਕਿ ਇਹ ਗੇਮ ਤੁਸੀਂ ਕਿਵੇਂ ਜਿੱਤ ਸਕਦੇ ਹੋ ਖੇਲਣ ਤੋਂ ਪਹਿਲਾਂ ਵਿਨਿੰਗ ਲਿਸਟ ਜ਼ਰੂਰ ਚੈੱਕ ਕਰ ਲੈਣਾ ਲਾਸਟ ਵਿੱਚ ਜਿਹੜੇ ਨੰਬਰ ਖੁੱਲ ਚੁੱਕੇ ਹਨ ਉਹਨਾਂ ਨੂੰ ਛੱਡ ਕੇ ਜਿਹੜੇ 2-3 ਨੰਬਰ ਹਨ ਉਹਨਾਂ ਵਿੱਚ ਤੁਸੀਂ ਆਪਣੇ ਪੈਸਾ ਜਿਹੜਾ ਲਗਾ ਸਕਦੇ ਹੋ ਤੇ ਤੇ ਫਿਰ ਤੁਹਾਡੇ ਪੈਸੇ ਰਿਕਵਰ ਹੋ ਜਾਣਗੇ ਤੇ ਤੁਹਾਨੂੰ ਤੁਹਾਡੇ ਅਮਾਉਂਟ ਤੋਂ ਜ਼ਿਆਦਾ ਵੀ ਪੈਸਾ ਮਿਲ ਸਕਦਾ ਹੈ ਤਾਂ ਫਿਰ ਸੋਚ ਕੀ ਰਹੇ ਹੋ ਆਪਣੇ ਡਿਸਕ੍ਰਿਪਸ਼ਨ ਵਿੱਚ ਲਿੰਕ ਹੈ ਉਸ ਤੇ ਜਾਓ ਐਪ ਨੂੰ ਕਰੋ ਡਾਊਨਲੋਡ ਜੀ ਦੋਸਤੋ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਹੈ ਤੇ ਹੁਣ ਆਪਾਂ ਫਿਰ ਆਪਾਂ ਤੁਹਾਡੇ ਲਈ ਬਹੁਤ ਵੱਡੀ ਖਬਰ ਲੈ ਕੇ ਆਏ ਆਂ ਪੰਜਾਬ ਸਕੂਲ ਦੇ ਵਿਦਿਆਰਥੀਆਂ ਲਈ ਬਹੁਤ ਇੰਪੋਰਟੈਂਟ ਖਬਰ ਹੈ ਜਿਹੜੀ ਕਿ ਤੁਹਾਨੂੰ ਦੱਸਾਂਗੇ ਆਪਾਂ 10ਵੀਂ 12ਵੀਂ ਜਿਹੜੇ ਤੁਹਾਡੇ ਟਰਮ 1 ਦੇ ਐਗਜ਼ਾਮ ਹੋਏ ਨੇ ਉਹਨਾਂ ਦੇ ਰਿਜ਼ਲਟ ਬਾਰੇ ਇਹ ਖਬਰ ਆਈ ਹੈ ਆਪਾਂ ਤੁਹਾਨੂੰ ਦੱਸਦਿਆਂ ਸਾਰੀ ਤੇ ਜਿਹੜੇ ਤੁਹਾਡੇ ਟਰਮ 2 ਦੇ ਐਗਜ਼ਾਮ ਹੋਣੇ ਨੇ ਉਹਦੀ ਡੇਟ ਸ਼ੀਟ ਬਾਰੇ ਵੀ ਆਪਾਂ ਖਬਰ ਦੱਸਾਂਗੇ ਤੁਹਾਨੂੰ ਵੀਡੀਓ ਦੇ ਅੰਤ ਤੱਕ ਦੇਖਦੇ ਰਹੋ ਤੇ ਚਲੋ ਫਿਰ ਤੁਹਾਨੂੰ ਦੱਸਦੇ ਆਪਾਂ ਸਾਰੀ ਖਬਰ ਹਾਂਜੀ ਦੋਸਤੋ CBSE ਟਰਮ 1 ਰਿਜ਼ਲਟ ਐਂਡ ਟਰਮ 2 ਡੇਟ ਸ਼ੀਟ 2022 CBSE 10ਵੀਂ 12ਵੀਂ ਟਰਮ 1 ਨਤੀਜੇ 2021 ਬਾਰੇ ਐਲਾਨ ਹਾਲ ਹੀ ਚ ਭਾਰਤ ਸਰਕਾਰ ਨੇ ਡਿਜੀਟਲ ਇੰਡੀਆ ਪ੍ਰੋਗਰਾਮ ਦੇ ਅਧਿਕਾਰਤ ਚੈਨਲ ਤੋਂ ਕੀਤਾ ਗਿਆ ਸੀ ਇਸ ਅਪਡੇਟ ਦੇ ਅਨੁਸਾਰ ਅਸੀਂ CBSE ਬੋਰਡ ਕਲਾਸ 10ਵੀਂ ਅਤੇ ਕਲਾਸ 12ਵੀਂ ਦੇ ਵਿਦਿਆਰਥੀ ਜਲਦੀ ਹੀ ਆਪਣੇ ਡਿਜੀਟਲ ਲੋਕਰ ਖਾਤਿਆਂ 'ਚ CBSE ਟਰਮ 1 ਦੇ ਨਤੀਜਾ 2021 ਦੀ ਜਾਂਚ ਕਰਨ ਦੇ ਯੋਗ ਹੋਣਗੇ ਇਸ ਮਾਧਿਅਮ ਰਾਹੀਂ ਨਤੀਜੇ ਦੇਖਣ ਲਈ ਵਿਦਿਆਰਥੀਆਂ ਨੂੰ ਪਹਿਲਾਂ ਹੀ ਪਲੇ ਸਟੋਰ ਜਾਂ ਐਪ ਸਟੋਰ ਤੋਂ ডিজি লকার অ্যাপ ਨੂੰ ਡਾਊਨਲੋਡ ਕਰਨਾ ਚਾਹੀਦਾ ਹੈ ਅਤੇ ਇਸ ਚ ਆਪਣਾ ਖਾਤਾ ਬਣਾਉਣਾ ਚਾਹੀਦਾ ਹੈ। ਵਿਕਲਪ ਤੌਰ ਤੇ ਤੁਸੀਂ ਡਿਜੀਟਲ ਪੋਰਟਰਲ ਤੇ ਇੱਕ ਖਾਤਾ ਵੀ ਬਣਾ ਸਕਦੇ ਹੋ। ਦੂਜੇ ਪਾਸੇ ਵਿਦਿਆਰਥੀਆਂ ਨੂੰ ਇਹ ਨੋਟ ਕਰਨਾ ਚਾਹੀਦਾ ਹੈ ਕਿ ਪਹਿਲਾਂ ਸੀਬੀਐਸਸੀ ਬੋਰਡ ਨੇ ਨਵੰਬਰ-ਦਸੰਬਰ ਟਰਮ 1 ਲਈ ਪ੍ਰੀਖਿਆਵਾਂ ਦਾ ਐਲਾਨ ਕੀਤਾ ਸੀ ਕਿ ਕੋਈ ਵੀ ਵਿਦਿਆਰਥੀ ਫੇਲ ਨਹੀਂ ਕੀਤਾ ਜਾਵੇਗਾ। ਸੀਬੀਐਸਸੀ ਇਸ ਸਮੇਂ ਕਿਸੇ ਵੀ ਵਿਦਿਆਰਥੀ ਨੂੰ ਫੇਲ ਨਹੀਂ ਕਰੇਗਾ। ਟਰਮ 1 ਦੇ ਨਤੀਜੇ ਸਿਰਫ ਸਬੰਧਤ ਵਿਸ਼ਿਆਂ ਦੇ ਵਿਦਿਆਰਥੀਆਂ ਦੁਆਰਾ ਟਰਮ 2 ਦੇ ਨਤੀਜਿਆਂ 'ਚ ਸੁਧਾਰ ਕਰਨਗੇ ਸਾਰੇ ਵਿਦਿਆਰਥੀਆਂ ਦੇ ਪਾਸੇ ਜਾਂ ਫੇਲ ਪਾਸ ਜਾਂ ਫੇਲ ਐਲਾਨ ਟਰਮ 1 ਤੇ ਟਰਮ 2 ਦੇ ਸਮੁੱਚੇ ਪ੍ਰਦਰਸ਼ਨ ਦੇ ਆਧਾਰ ਤੇ ਕੀਤਾ ਜਾਵੇਗਾ CBSE ਦੀ ਨੋਟੀਫਿਕੇਸ਼ਨ ਦੇ ਅਨੁਸਾਰ ਇਸ ਅਕਾਦਮਿਕ ਸਾਲ 2021-2022 ਲਈ ਟਰਮ 1 ਦੀ ਪ੍ਰੀਖਿਆ ਸਿਰਫ ਸਿਲੇਬਸ ਦੇ 50% ਦੇ ਆਧਾਰ ਤੇ ਲਈ ਜਾ ਰਹੀ ਹੈ ਇਸ ਲਈ ਟਰਮ 1 ਦੀ ਪ੍ਰੀਖਿਆ ਵਿੱਚ ਪ੍ਰਦਰਸ਼ਨ ਦੇ ਆਧਾਰ ਤੇ ਕਿਸੇ ਵੀ ਵਿਦਿਆਰਥੀ ਨੂੰ ਪਾਸ ਜਾਂ ਫੇਲ ਨਹੀਂ ਐਲਾਨਿਆ ਜਾਵੇਗਾ। ਜੀ ਦੋਸਤੋ ਤੁਹਾਨੂੰ ਦੱਸ ਦਈਏ ਟਰਮ 1 ਦੇ ਢੇੜੇ ਤੋਂੜੇ ਨਤੀਜੇ ਆਣੇ ਨੇ ਔਰ ਟਰਮ 2 ਦੇ ਨਾਲ ਹੀ ਆਣਗੇ ਤੇ ਤੁਸੀਂ ਇੱਕ ਗੱਲੋਂ ਟੈਨਸ਼ਨ ਫ੍ਰੀ ਹੋ ਜਾਓ ਸਾਰੇ ਕਿ ਜੇ ਤੁਹਾਨੂੰ ਦੱਸਦੀ ਆਪਾਂ ਇਸ ਵਾਰੀ CBSE ਨੇ ਇਹ ਕਿਹਾ ਹੈ ਕਿ ਕੋਈ ਵੀ ਬੱਚਾ ਫੇਲ ਨਹੀਂ ਕੀਤਾ ਜਾਵੇਗਾ ਸਾਰੇ ਪਾਸ ਕੀਤੇ ਜਾਣਗੇ ਇਸ ਕਰਕੇ ਦੋਸਤੋ ਤੁਹਾਨੂੰ ਦੱਸ ਦਈਏ PCB ਬੋਰਡ ਦੀ ਵੀ ਇਹੀ ਖਬਰ ਹੁੰਦੀ ਹੈ। ਤੇ ਤੁਹਾਨੂੰ ਦੱਸ ਦਈਏ ਜਿਹੜੀ ਟਰਮ 2 ਦੇ एग्जाम ਨੇ ਉਹ ਜਲਦੀ ਹੋਣਗੇ ਤੇ ਪ੍ਰੀ ਬੋਰਡ ਦੀਆਂ ਪ੍ਰੀਖਿਆਵਾਂ 14 ਫਰਵਰੀ ਤੋਂ ਸ਼ੁਰੂ ਨੇ ਜੀ ਮਿੱਤਰੋ ਸਭ ਤੋਂ ਪਹਿਲਾਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲੱਗੀ ਘੰਟੀਨੂ ਕਰ ਦਿਓ ਪ੍ਰੈਸ ਤਾਂ ਕਿ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਤੇ ਚਲੋ ਫਿਰ ਮਿਲਦੇ ਹਾਂ